ਆਲ ਇੰਡੀਆ ਵਾਲਮੀਕਿ ਪ੍ਰੈਜ਼ੀਡੈਂਟ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਨੂ ਅਤੇ ਮੈਡੀਕਲ ਰਿਪ੍ਰੈਜ਼ੈਂਟੇਟਿਵ ਯੂਨੀਅਨ ਦੇ ਪ੍ਰਧਾਨ ਰਮਨ ਮਲਹੋਤਰਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ 100 ਦੇ ਕਰੀਬ ਲੋਕਾਂ ਦੁਆਰਾ ਖੂਨਦਾਨ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਭੁਪਿੰਦਰ ਸਿੰਘ ਸੋਨੂ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਨੌਜਵਾਨਾਂ ਨੂੰ ਵੱਧ ਚੜ੍ਹ ਕੇ ਖੂਨਦਾਨ ਕਰਨਾ ਚਾਹੀਦਾ ਹੈ, ਜਿਸ ਤੋਂ ਮਰੀਜ਼ਾਂ ਨੂੰ ਖੂਨ ਮਿਲ ਸਕੇ ਅਤੇ ਉਹਨਾਂ ਦੀ ਜਾਨ ਬਚ ਸਕੇ। ਅੱਜ ਸਾਡੇ ਸਾਥੀ ਰਮਨ ਜੀ ਔਰ PMA ਸੰਸਥਾ ਵੱਲੋਂ ਮਿਲ ਕੇ ਬਲੱਡ ਕੈਂਪ ਲਗਾਇਆ ਗਿਆ ਅਤੇ ਆਏ ਹੋਏ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਈ ਹੋਈ ਜੋ ਵੀ ਡਾਕਟਰ ਸਾਹਿਬ ਦੀ ਟੀਮ ਹੈ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਅੱਜ ਦਿਲਵਾਲੀ ਦੇ ਵਾਰਡ ਨੰਬਰ 65 ਬਠਿੰਡਾ ਵਿੱਚ ਬਲੱਡ ਕੈਂਪ ਲਗਾਇਆ ਗਿਆ। ਉਸ ਬਲੱਡ ਕੈਂਪ ਦਾ ਮੇਨ ਕਾਰਨ ਇਹ ਹੀ ਹੈ ਕਿ ਨੌਜਵਾਨ ਜੋ ਗਲਤ ਰਸਤੇ ਚੱਲ ਰਹੇ ਆ, ਉਹਨਾਂ ਨੂੰ ਇੱਕ ਅੱਛਾ ਮੈਸੇਜ ਆਏ ਕਿ ਉਹ ਗਲਤ ਰਸਤਿਆਂ ਨੂੰ ਛੱਡ ਕੇ ਸਮਾਜ ਸੇਵਾ ਦੇ ਕੰਮ ਕਰਨ ਅਤੇ ਅੱਛੇ ਕੰਮ ਕਰਨ, ਆਪਣੇ ਪਰਿਵਾਰ 'ਚ ਇੱਕ ਆਮ ਨਾਗਰਿਕ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨ, ਜੋ ਕਿ ਗਲਤ ਅਨਸਰਾਂ ਦੇ ਪਿੱਛੇ ਲੱਗ ਕੇ ਆਪਣੇ ਜੀਵਨ ਨੂੰ ਖਰਾਬ ਕਰ ਰਹੇ ਆ। ਉਹਨਾਂ ਨੂੰ ਇਸ ਰਾਹ ਤੋਂ ਮੋੜਨ ਲਈ ਇੱਕ ਮੈਸੇਜ ਉਹਨਾਂ ਲਈ ਕਿ ਉਹ ਗਲਤ ਰਸਤਿਆਂ ਨੂੰ ਛੱਡ ਕੇ ਵਾਪਸ ਆਪਣੇ ਘਰਾਂ 'ਚ ਪਰਤਣ ਅਤੇ ਆਰਾਮ ਨਾਲ ਆਪਣੇ ਪਰਿਵਾਰਾਂ 'ਚ ਬੈਠ ਕੇ ਆਪਣਾ ਜੀਵਨ ਬਤੀਤ ਕਰਨ। ਜੈ ਹਿੰਦ, ਜੈ ਭਾਰਤ। ਬੁਲੰਡ TV ਲਈ ਅੰਮ੍ਰਿਤਸਰ ਤੋਂ ਕ੍ਰਿਸ਼ਨ ਕੁਮਾਰ ਦੀ ਰਿਪੋਰਟ।